ਸਤਿ ਸ਼੍ਰੀ ਅਕਾਲ ਜੀ। ਆਪਣੇ ਪਿਛਲੇ ਦੋ ਬਲੌਗਸ ਦੇ ਵਿੱਚ ਮੈਂ ਤੁਹਾਨੂੰ ਦਰਸ਼ਨ ਕਰਵਾਏ ਸੀ ਗੁਰਦੁਆਰਾ ਝਾੜ ਸਾਹਿਬ ਦੇ ਔਰ ਗੁਰਦੁਆਰਾ ਕੰਘਾ ਸਾਹਿਬ ਦੇ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਮਾਛੀਵਾੜਾ ਸਾਹਿਬ ਵੱਲ ਜਾਂਦੇ ਹੋਏ ਰੁਕੇ ਗਏ ਸਨ। ਔਰ ਅੱਜ ਦੇ ਇਸ ਬਲੌਗ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਚੱਲੀ ਹਾਂ ਅਗਲੇ ਧਾਰਮਿਕ ਅਸਥਾਨ ਵੱਲ। ਇਹ ਅਸੀਂ ਜਾ ਰਹੇ ਹਾਂ ਜੀ ਵਾਪਸ ਚਮਕੌਰ ਸਾਹਿਬ ਵੱਲ। ਔਰ ਅੱਜ ਦੇ ਇਸ ਬਲੌਗ ਦੇ ਵਿੱਚ ਮੈਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੀ ਹਾਂ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ, ਜਿੱਥੇ ਅੱਜ ਵੀ ਉਹ ਜੰਡ ਦਾ ਦਰਖਤ ਮੌਜੂਦ ਹੈ ਜਿਸਦੇ ਹੇਠ ਬੈਠ ਕੇ ਗੁਰੂ ਜੀ ਨੇ ਆਰਾਮ ਕੀਤਾ ਸੀ। ਉੱਚੀ ਗੜੀ ਚਮਕੌਰ ਸਾਹਿਬ ਤੋਂ ਚੱਲ ਕੇ ਗੁਰੂ ਜੀ ਸਭ ਤੋਂ ਪਹਿਲਾਂ ਇਸ ਅਸਥਾਨ 'ਤੇ ਪੁੱਜੇ ਸਨ ਔਰ ਇੱਥੇ ਜੰਡ ਦੇ ਦਰਖਤ ਦੇ ਨੀਚੇ ਬੈਠ ਕੇ ਉਹਨਾਂ ਨੇ ਆਰਾਮ ਕੀਤਾ ਸੀ, ਜਿੱਥੇ ਅੱਜ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਮੌਜੂਦ ਹੈ। ਇਹ ਦੇਖੋ ਇਸ ਤਰ੍ਹਾਂ ਦਾ ਕੁਝ ਪੁੱਲ ਆਉਂਦਾ ਹੈ ਜਿੱਥੋਂ ਤੁਸੀਂ ਟਰਨ ਹੋ ਕੇ ਅੱਗੇ ਗੁਰਦੁਆਰਾ ਸਾਹਿਬ ਵੱਲ ਜਾਣਾ ਹੈ। ਇਹ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਮੌਜੂਦ ਹੈ। ਪੁੱਲ ਦੀ ਹਾਲਤ ਕੋਈ ਬਹੁਤੀ ਜ਼ਿਆਦਾ ਵਧੀਆ ਨਹੀਂ ਹੈ, ਤੁਸੀਂ ਦੇਖ ਸਕਦੇ ਹੋ। ਜੰਡ ਸਾਹਿਬ ਤੋਂ ਹੋ ਕੇ ਫਿਰ ਗੁਰੂ ਜੀ ਕੀੜੀ ਅਫਗਾਨਾ ਪਹੁੰਚੇ ਸਨ ਕਿ ਇਸ ਦੇ ਨਾਲ ਹੀ ਲੱਗਦਾ ਅਗਲਾ ਪਿੰਡ ਹੈ, ਜਿੱਥੇ ਉਹਨਾਂ ਨੇ ਅਲਫੂ ਅਤੇ ਗਾਮੂ ਨਾਮ ਦੇ ਪਠਾਨਾਂ ਨੂੰ ਸੋਧਿਆ ਸੀ। ਉਸਦੇ ਦਰਸ਼ਨ ਮੈਂ ਤੁਹਾਨੂੰ ਆਉਣ ਵਾਲੇ ਬਲੌਗ ਦੇ ਵਿੱਚ ਕਰਾਵਾਂਗੀ। ਪੁੱਲ ਦੇ ਨਾਲ ਹੀ ਸਾਨੂੰ ਇੱਥੇ ਗੁਰਦੁਆਰਾ ਇਮਲੀ ਸਾਹਿਬ ਦਾ ਬੋਰਡ ਮਿਲਿਆ, ਜਿੱਥੇ ਗੁਰੂ ਜੀ ਨੇ ਅਲਫੂ ਅਤੇ ਗਾਮੂ ਨਾਮ ਦੇ ਪਠਾਨਾਂ ਨੂੰ ਸੋਧਿਆ ਸੀ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਇੱਥੋਂ ਦੇ ਇੱਕ ਲੋਕਲ ਬੰਦੇ ਨੂੰ ਪੁੱਛਿਆ ਜੋ ਕਿ ਸਰਦਾਰ ਸਨ ਕਿ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਦਾ ਰਸਤਾ ਕਿਸ ਸਾਈਡ ਤੋਂ ਜਾਂਦਾ ਹੈ, ਤਾਂ ਉਹਨਾਂ ਦਾ ਜਵਾਬ ਸੀ ਕਿ ਮੈਨੂੰ ਤਾਂ ਇਸ ਨਾਮ ਦੇ ਗੁਰਦੁਆਰਾ ਸਾਹਿਬ ਦਾ ਪਤਾ ਹੀ ਨਹੀਂ। ਇਸ ਲਈ ਮੈਂ ਤੁਹਾਨੂੰ ਆਪਣੇ ਬਲੌਗਸ ਦੇ ਵਿੱਚ ਬੋਲਦੀ ਹਾਂ ਕਿ ਜਦੋਂ ਵੀ ਕੋਈ ਨਵਾਂ ਗੁਰਦੁਆਰਾ ਸਾਹਿਬ ਤੁਸੀਂ ਦੇਖਦੇ ਹੋ ਤਾਂ ਉਸ ਨੂੰ ਸਾਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਤਾਂ ਕਿ ਜਿਨ੍ਹਾਂ ਨੂੰ ਇਸ ਦੇ ਬਾਰੇ ਨੌਲੇਜ ਨਹੀਂ ਹੈ ਉਹਨਾਂ ਨੂੰ ਵੀ ਨੌਲੇਜ ਮਿਲ ਸਕੇ। ਇਹ ਗੁਰਦੁਆਰਾ ਸਾਹਿਬ ਸਰਹੰਦ ਨਹਿਰ ਦੇ ਨੇੜੇ ਪਿੰਡ ਖਾਨਪੁਰ ਔਰ ਪਿੰਡ ਫਤਿਹਪੁਰ ਦੇ ਵਿਚਕਾਰ ਸਥਿਤ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਜੀ ਇਸ ਪਾਸੇ ਆਏ ਸਨ ਤਾਂ ਇਸ ਪਾਸੇ ਕਾਫੀ ਉਜਾੜ ਜ਼ਮੀਨ ਸੀ, ਜਿੱਥੇ ਗੁਰੂ ਜੀ ਨੇ ਹਨੇਰਾ ਹੋਣ 'ਤੇ ਇੱਕ ਜੰਡ ਦੇ ਦਰਖਤ ਦੇ ਨੀਚੇ, ਜਾਂ ਤੁਸੀਂ ਇਸਨੂੰ ਬੋਹੜ ਦਾ ਦਰਖਤ ਵੀ ਕਹਿ ਸਕਦੇ ਹੋ, ਉੱਥੇ ਵਿਸ਼ਰਾਮ ਕੀਤਾ। ਕਿਉਂਕਿ ਇਹ ਇੱਕ ਉਜਾੜ ਜ਼ਮੀਨ ਸੀ ਇਸ ਲਈ ਇਸ ਪਾਸੇ ਕੋਈ ਆਉਂਦਾ ਨਹੀਂ ਸੀ। ਅੱਜ ਵੀ ਅਗਰ ਤੁਸੀਂ ਇਸ ਸਾਈਡ ਆਉਂਗੇ ਤਾਂ ਤੁਹਾਨੂੰ ਕਾਫੀ ਜ਼ਮੀਨ ਇਸ ਤਰ੍ਹਾਂ ਦੀ ਹੀ ਇਸ ਪਾਸੇ ਦਿਖੇਗੀ। ਜਦ ਗੁਰੂ ਜੀ ਵਿਸ਼ਰਾਮ ਕਰ ਰਹੇ ਸਨ ਤਾਂ ਇੱਕ ਚਰਵਾਹਾ ਆਇਆ ਜਿਸਨੇ ਗੁਰੂ ਜੀ ਨੂੰ ਦੇਖਿਆ ਅਤੇ ਉਹ ਡਰ ਗਿਆ। ਜਦੋਂ ਉਹ ਰੌਲਾ ਪਾਉਣ ਲੱਗਿਆ ਤਾਂ ਗੁਰੂ ਜੀ ਨੇ ਉਸਨੂੰ ਇੱਕ ਸੋਨੇ ਦਾ ਸਿੱਕਾ ਦਿੱਤਾ ਤਾਂ ਉਹ ਸ਼ਾਂਤ ਹੋ ਗਿਆ। ਨਹਿਰ ਤੋਂ ਅੰਦਰ ਵੱਲ ਆ ਕੇ ਕੋਈ 10 ਕੁ ਮਿੰਟ ਦੀ ਦੂਰੀ ਹੈ ਅਤੇ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਨਜ਼ਰ ਆ ਜਾਵੇਗਾ। ਆਓ ਜੀ ਪਹੁੰਚਦੇ ਹਾਂ ਗੁਰਦੁਆਰਾ ਸਾਹਿਬ ਅਤੇ ਦਰਸ਼ਨ ਕਰਦੇ ਹਾਂ। ਇਹ ਅਸੀਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਜ਼ਿਆਦਾ ਖੁੱਲ੍ਹੀ ਜਗ੍ਹਾ ਦੇ ਵਿੱਚ ਬਣੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਗੁਰਦੁਆਰਾ ਸਾਹਿਬ ਦੇ ਬਾਹਰ ਐਂਟਰੀ ਦੇ ਉੱਤੇ ਵੀ ਇਤਿਹਾਸ ਦਾ ਬੋਰਡ ਲੱਗਿਆ ਹੋਇਆ ਹੈ, ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਵੀ ਇਸਨੂੰ ਪੜ੍ਹ ਸਕਦੇ ਹੋ। ਇਸਦੇ ਨਾਲ ਹੀ ਇੱਕ ਵੱਡਾ ਬੋਰਡ ਲੱਗਿਆ ਹੋਇਆ ਹੈ ਜਿਸ 'ਤੇ ਗੁਰੂ ਜੀ ਦੁਆਰਾ ਦਿੱਤੇ ਹੋਏ 52 ਹੁਕਮ ਲਿਖੇ ਹੋਏ ਹਨ, ਤੁਸੀਂ ਇਹਨਾਂ ਨੂੰ ਵੀ ਚਾਹੋ ਤਾਂ ਵੀਡੀਓ ਨੂੰ ਪੌਜ਼ ਕਰਕੇ ਜਾਂ ਸਕਰੀਨਸ਼ੌਟ ਲੈ ਕੇ ਪੜ੍ਹ ਸਕਦੇ ਹੋ। ਆਓ ਜੀ ਅੰਦਰ ਚੱਲਦੇ ਹਾਂ, ਦੇਖੋ ਗੁਰਦੁਆਰਾ ਸਾਹਿਬ ਦੀ ਇਮਾਰਤ ਕਿੰਨੀ ਜ਼ਿਆਦਾ ਸੋਹਣੀ ਹੈ। ਸਾਫ ਸਫਾਈ ਇਹਨਾਂ ਨੇ ਬਹੁਤ ਜ਼ਿਆਦਾ ਰੱਖੀ ਹੋਈ ਹੈ, ਦੇਖੋ ਦੋਨੋਂ ਸਾਈਡ 'ਤੇ ਪੂਰੇ ਵਧੀਆ ਗਾਰਡਨ ਬਣਾਏ ਹੋਏ ਹਨ, ਤੁਸੀਂ ਆਰਾਮ ਨਾਲ ਇੱਥੇ ਕਾਫੀ ਦੇਰ ਤੱਕ ਬੈਠ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਐਂਟਰੀ ਦੇ ਉੱਤੇ ਵੀ ਰਾਈਟ ਸਾਈਡ 'ਤੇ ਇਤਿਹਾਸ ਲਿਖਿਆ ਹੋਇਆ ਹੈ।
ਨਾਲ ਤੁਸੀਂ ਦੇਖ ਰਹੇ ਹੋ ਉਸ ਜੰਡ ਦੇ ਦਰਖਤ ਦੀ ਫੋਟੋ, ਜਿਸ ਦੇ ਦਰਸ਼ਨ ਮੈਂ ਤੁਹਾਨੂੰ ਅੱਗੇ ਚੱਲ ਕੇ ਕਰਵਾਉਂਦੀ ਹਾਂ। ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ। ਹੁਣ ਮੈਂ ਤੁਹਾਨੂੰ ਉਸ ਪਵਿੱਤਰ ਜੰਡ ਦੇ ਦਰਖਤ ਦੇ ਦਰਸ਼ਨ ਕਰਵਾਉਂਦੀ ਹਾਂ। ਇਹ ਜੋ ਜੰਡ ਦਾ ਦਰਖਤ ਹੈ, ਇਹ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬੈਕ ਸਾਈਡ 'ਤੇ ਹੈ। ਲਓ ਜੀ ਦਰਸ਼ਨ ਕਰੋ ਜੀ ਉਸ ਜੰਡ ਦੇ ਦਰਖਤ ਦੇ। ਜ਼ਿਆਦਾ ਠੰਡ ਪੈਣ ਕਰਕੇ ਇਸ ਸਮੇਂ ਇਸ ਦੇ ਉੱਤੇ ਤੁਹਾਨੂੰ ਪੱਤੇ ਨਹੀਂ ਦਿਖਣਗੇ, ਲੇਕਿਨ ਤੁਸੀਂ ਇਹ ਦੇਖੋ ਕਿ ਇਸ ਦਰਖਤ ਨੂੰ ਪੂਰੇ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਗਿਆ ਹੈ। ਇਸ ਦੇ ਇੱਕ ਸਾਈਡ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਇਹ ਦਰਖਤ ਬਿਲਕੁਲ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹਦੇ ਬਿਲਕੁਲ ਬੈਕ ਸਾਈਡ 'ਤੇ ਹੈ। ਤੁਸੀਂ ਚਾਹੋ ਤਾਂ ਅੰਦਰ ਵਾਲੀ ਸਾਈਡ ਤੋਂ ਵੀ ਇੱਥੇ ਆ ਸਕਦੇ ਹੋ। ਦੇਖੋ ਇਸ ਪਾਸੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ, ਬਿਲਕੁਲ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸਦੇ ਬੈਕ ਸਾਈਡ 'ਤੇ ਹੈ ਇਹ ਦਰਖਤ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਕਿ ਸਾਰੇ ਇਸਦੇ ਦਰਸ਼ਨ ਕਰ ਸਕਣ। ਗੁਰਦੁਆਰਾ ਸਾਹਿਬ ਤੋਂ ਪੁੱਛਣ 'ਤੇ ਸਾਨੂੰ ਪਤਾ ਲੱਗਿਆ ਗੁਰਦੁਆਰਾ ਇਮਲੀ ਸਾਹਿਬ ਦੇ ਰਸਤੇ ਦਾ, ਜਿਸ ਦੇ ਦਰਸ਼ਨ ਮੈਂ ਤੁਹਾਨੂੰ ਆਉਣ ਵਾਲੇ ਬਲੌਗ 'ਚ ਕਰਾਵਾਂਗੀ। ਇਹ ਸੀ ਜੀ ਅੱਜ ਦਾ ਬਲੌਗ, ਮਿਲਦੇ ਹਾਂ ਕੱਲ੍ਹ ਦੇ ਬਲੌਗ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।